ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਭਰਾਵਾਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅਤੇ ਜਿਹੜੇ ਮੇਰੇ ਭਰਾ ਮੈਨੂੰ ਸ਼ੁਰੂ ਤੋਂ ਸਪੋਰਟ ਕਰ ਰਹੇ ਉਹਨਾਂ ਦਾ ਵੈਲਕਮ ਜਿਹੜੇ ਵੀਰ ਨਵੇਂ ਆਏ ਆ ਉਹਨਾਂ ਦਾ ਵੈਲਕਮ ਅੱਜ ਆਪਾਂ ਆਏ ਦੀਪੂ ਭਾਈ ਦੇ ਘਰ ਅਤੇ ਅਨਬੋਕਸਿੰਗ ਕਰਾਂਗੇ ਅੱਜ ਆਪਾਂ ਮਾਲ ਆਇਆ ਜੀ 12 ਤਾਰ 16 ਤਾਰ ਪਲੱਸ ਹੁਸੈਨ ਵਾਲੇ ਦੀ ਡੋਰ ਹੈ ਬਹੁਤ ਹੀ ਵਧੀਆ ਡੋਰ ਲੱਗੀ ਹੋਈ ਹੈ ਅਨਬੋਕਸਿੰਗ ਕਰ ਰਹੇ ਭਾਈ ਤੁਹਾਨੂੰ ਲਾਈਵ ਟੈਲੀਕਾਸਟ ਵਿਖਾਵਾਂਗੇ ਚਰਖੀਆਂ ਨਿਊ ਬ੍ਰੈਂਡ ਦੀਆਂ ਬਹੁਤ ਹੀ ਸ਼ਾਨਦਾਰ ਡੋਰ ਦੀਪੂ ਭਾਈ ਔਰ ਉਸ ਤੋਂ ਬਾਅਦ ਵਲੋਗ ਨੂੰ ਮਿਸ ਨਾ ਕਰਿਓ ਸਕਿਪ ਨਾ ਕਰਿਓ ਹਰ ਚੀਜ਼ ਵਿਖਾਵਾਂਗਾ ਹਰ ਚੀਜ਼ ਵਿਖਾਵਾਂਗਾ ਭਾਈ ਕੋਲ ਬੜਾ ਕੁਛ ਪਿਆ ਹੈ ਜੇ ਖਾਲੀ ਚਰਖੇ ਭਾਈ ਕੋਲ ਇੱਕ ਤੋਂ ਇੱਕ ਪਈਆਂ ਹੀ ਹੈ ਵਾ ਸਭ ਤੋਂ ਪਹਿਲਾਂ ਤੁਸੀਂ ਡੋਰਾ ਚੈੱਕ ਕਰੋ ਆਪਾਂ ਬੋਕਸ ਅਨਬੋਕਸਿੰਗ ਕੀਤਾ ਵਾ ਚੈੱਕ ਕਰੋ ਜੀ ਪੈਕਿੰਗ ਬਹੁਤ ਵਧੀਆ ਕਰਕੇ ਭੇਜੀ ਹੈ ਬਰੇਲੀ ਤੋਂ ਆਇਆ ਮਾਲ ਸਾਰਾ ਕਿਆ ਬਾਤ ਹੈ ਓਹੋ ਹੋ ਕਿਆ ਬਾਤ ਹੈ ਡੋਰ ਹੀ ਹੈ ਇਹ ਚੀਜ਼ ਹੀ ਇਹੋ ਜਿਹੀ ਮੂੰਹ 'ਚ ਪਾਣੀ ਆ ਜਾਂਦਾ ਵੇਖ ਕੇ ਇਹ ਸ਼ੌਕੀਨ ਨਹੀਂ ਡੋਰ ਆ ਜਿਹੜੇ ਡੋਰ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਨੂੰ ਸਾਰੇ ਜਿਹੜੇ ਮੇਰੇ ਵੀਰ ਛੋਟੇ ਵੱਡੇ ਆ ਜਿਹੜੇ ਜਾਣਦੇ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪੂ ਭਾਈ ਨੂੰ ਗਰਾਊਂਡ ਵਾਲੇ ਬੰਦੇ ਆਲ ਓਵਰ ਸਾਰੇ ਜਾਣਦੇ ਮੋਸਟਲੀ ਜਾਣਦੇ ਜਿੰਨੀਆਂ ਵੀ ਗਰਾਊਂਡਸ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਇਹ ਡੋਰ ਤੁਹਾਨੂੰ ਮੈਂ ਖੋਲ੍ਹ ਕੇ ਦਿਖਾ ਰਿਹਾ 16 ਤਾਰ ਡੋਰ ਤੁਹਾਨੂੰ ਮਿਲ ਜਾਏਗੀ ਹਰੇਕ ਕਾਰੀਗਰ ਦੀ ਡੋਰ ਮਿਲ ਜਾਏਗੀ ਜਾਕੀਰ ਮਕਸੂਦ ਭਾਈ ਖਾਲੀ ਚਰਖੇ ਵੀ ਅਵੇਲੇਬਲ ਹੈਗੀਆਂ ਵਾ ਤੁਹਾਨੂੰ ਵੀ ਵਿਖਾਊਂਗਾ ਵਲੋਗ ਨੂੰ ਮਿਸ ਨਾ ਕਰਿਓ ਸਕਿਪ ਨਾ ਕਰਿਓ ਕਿ ਬੜਾ ਕੁਛ ਹੈਗਾ ਜੇ ਚੈੱਕ ਕਰੋ ਜੀ ਓਹੋ ਉਹ ਵਾਹ ਜੋ ਵਾਹ ਛੋਟੀ ਚਰਖੀ ਵੀ ਮਿਲ ਲੱਛੇ ਦੇਖੋ ਤੁਸੀਂ ਪਹਿਲਾ ਲੜ ਖੋਲਿਆ ਜੀ ਪਹਿਲਾ ਲੜ ਖੋਲਿਆ ਉੱਪਰ ਬਹੁਤ ਡੋਰ ਸ਼ਾਨਦਾਰ ਲੱਗੀ ਹੋਈ ਹੈ ਇੱਕ ਨੰਬਰ ਇਹ ਬੋਕਸ ਆਏ ਨੂੰ ਸਾਨੂੰ 5 ਦਿਨ ਹੋ ਗਿਆ ਪਰ ਹੀਰੇ ਵੀਰ ਕੋ ਅਪੋਇੰਟਮੈਂਟ ਲੈਣੀ ਪਈ ਹੈ ਹੀਰੇ ਵੀਰ ਦਾ ਕੰਮ ਛੋਟੇ ਵੀਰ ਵਾਸਤੇ ਆਪਾਂ ਛੋਟੇ ਮੇਰੇ ਵੀਰ ਭਰਾ ਕੋਠੇ ਢੋਣ ਵਾਸਤੇ ਡੋਰ ਲੈਣੀ ਚਾਹੁਣ ਛੋਟੇ ਚਰਖੇ ਵੀ ਲੱਗ ਕੇ ਆਈਆਂ ਵਾ ਬਹੁਤ ਵਧੀਆ ਡੋਰ ਲੱਗੀ ਹੋਈ ਹੈ ਕਿਆ ਬਾਤ ਹੈ ਕਿਆ ਕਲਰ ਇਹ ਦੇਖੋ ਸ਼ਾਹੀ ਛੋਟਾ ਬੱਚਾ ਵੀ ਜਿਹੜਾ ਡੋਰ ਦਾ ਸ਼ਕੀਰ ਹੈ ਉਹ ਲੈ ਸਕਦਾ ਛੋਟੀ ਚਰਖੀ ਲੱਗੀ ਬਹੁਤ ਸੋਹਣੀ ਡੋਰ ਲੱਗੀ ਹੈ ਜੀ ਇੱਕ ਨੰਬਰ ਜੇ ਚਾਹ ਦੇਖੋ ਕਿੰਨਾ ਉਹਨੇ ਬਰੀਕ ਕਰਕੇ ਡੋਰ ਲਗਾਈ ਬਹੁਤ ਸੋਹਣੀ ਡੋਰ ਲਾਈ ਹੈ ਵਰਦਮਾਨ ਦਾ ਧਾਗਾ ਲੱਗਾ ਹੈ ਬਹੁਤ ਸੋਹਣੀ ਡੋਰ ਲੱਗੀ ਹੈ ਭਾਈ ਇੱਕ ਨੰਬਰ ਤੁਹਾਨੂੰ ਤੇਜਸ ਚਾਹੀਦਾ ਹੈ ਪੈਂਡਾ ਕੋਲ ਸਾਰਾ ਤੁਹਾਨੂੰ ਕੁਝ ਇਸ ਤੋਂ ਇਲਾਵਾ ਹੁਣ ਆਪਾਂ ਭਾਈ ਕੋ ਪਤੰਗਾਂ ਦਾ ਸਟੋਕ ਚੈੱਕ ਕਰੋ ਇਹ ਚੀਜ਼ ਚੈੱਕ ਕਰੋ ਜੀ ਬਹੁਤ ਸੋਹਣੀ ਕਿਆ ਬਾਤ ਹੈ ਜੀ ਤੁਸੀਂ ਬਾਕੀ ਕੁਝ ਬੜਾ ਕੁਝ ਦੇਖਿਆ ਹੈਗਾ ਉਹ ਛੇ ਇਹ ਚੀਜ਼ ਚੈੱਕ ਕਰੋ ਤਿੰਨ ਤਵਾ ਤੁਹਾਨੂੰ ਆਪਾਂ ਇਹ ਚੀਜ਼ ਵਿਖਾਉਂਦੇ ਆ ਕਿਹੜਾ ਤਵਾ ਜੀ ਦੱਸੋ ਸਹੀ ਦੱਸੋ ਭਾਈ ਕਿਹੜਾ ਹੈ ਜੀ ਇਹਨੂੰ ਬਣਾਉਣ ਦੇ ਵਿੱਚ ਵੱਡੇ ਨਾਲੋਂ ਗੁੱਡੇ ਨਾਲੋਂ ਜ਼ਿਆਦਾ ਮਿਹਨਤ ਲੱਗਦੀ ਹੈ ਇੱਥੋਂ ਵੱਡੀ ਲੱਗਦੀ ਹੈ ਹੁਣ ਦੂਰੋਂ ਵੇਖਿਓ ਭਾਈ ਕਿੰਨੀ ਲੱਗਦੀ ਹੈ ਆਏ ਹਾਏ ਹਾਏ ਕੀ ਬਾਤ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਡਿਜ਼ਾਈਨ ਦਵਾਂਗੇ 3-4 ਆ ਕੈਨੇਡਾ ਡਿਜ਼ਾਈਨ ਹਾਂਜੀ ਕੀ ਬਾਤ ਹੈ ਬਹੁਤ ਸੋਹਣੀ ਪਤੰਗ ਬਣੀ ਹੈ ਵਾਹ ਦੀਆਂ ਪਤੰਗਾਂ ਜੇ ਵਾਹ ਚੁੜਦੀਆਂ ਜੀ ਇਹ ਪਤੰਗ ਦੇ ਲਾਗੇ ਰੱਖ ਕੇ ਪਤੰਗ ਚੱਲੇਗਾ ਦੇਖੋ ਭਾਜੀ ਕੀ ਬਾਤ ਹੈ ਇਹ ਚੋਰ ਸਾਹਿਬ ਤੰਗ ਲੰਗੀ ਹੈ ਤੇ ਚੋਰ ਸਾਹਿਬ ਦੇ ਲਾਗੇ ਦੇਖੋ ਕਿੰਨੀ ਅੱਛੀ ਲੱਗਦੀ ਬਹੁਤ ਸੋਹਣੀ ਲੱਗਦੀ ਵੀ ਬਾਈ ਬਹੁਤ ਸੋਹਣੀ ਲੱਗਦੀ ਵੀ ਬਾਕੀ ਵੀ ਅਸੀਂ ਤੁਹਾਨੂੰ ਮਾਲ ਵਿਖਾਵਾਂਗੇ ਬਾਕੀ ਵੀ ਤੁਸੀਂ ਦਿਖਾ ਸਕਦੇ ਹੋ ਜੀਤੇ ਇਸ ਤੋਂ ਇਲਾਵਾ ਜੀਤੇ ਭਾਈ ਜੇ ਪਤੰਗਾਂ ਡਿਜ਼ਾਈਨਰ ਪਤੰਗਾਂ ਵਾ ਚੋਰ ਸਾਈਜ਼ 31-36 1.5-5 ਗਿੱਠੀ ਐਨੀਵਨ ਸਾਈਜ਼ ਭਾਈ ਕੋ ਅਵੇਲੇਬਲ ਤੁਹਾਨੂੰ ਮਿਲੇਗਾ ਹਰ ਚੀਜ਼ ਅਵੇਲੇਬਲ ਮਿਲੇਗੀ ਹਰ ਚੀਜ਼ ਹਰ ਕਾਰੀਗਰ ਦਾ ਮਾਲ ਮਿਲ ਜਾਏਗਾ ਹਰ ਕਾਰੀਗਰ ਦਾ ਮਾਲ ਮਿਲੇਗਾ ਜੀ ਜੀਤੇ ਭਾਈ ਦੀ ਪਤੰਗ ਘੁੱਦੇ ਦੀ ਪਤੰਗ ਮਾਲ ਸ਼ੋਪ ਤੇ ਲੱਗਣਾ ਜੇ ਉਹ ਵੀ ਮੈਂ ਵਲੋਗ ਬਣਾਵਾਂਗਾ ਜਦੋਂ ਲੱਗ ਗਿਆ ਹਜੇ ਮੈਂ ਘਰ ਦਾ ਵਲੋਗ ਬਣਾਇਆ ਬਹੁਤ ਜ਼ਿਆਦਾ ਸਟੋਕ ਪਿਆ ਭਾਈ ਕੋ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਏਗਾ ਹੈ ਬਾਕੀ ਹੋਰ ਵੀ ਮਾਲ ਮੈਂ ਬਹੁਤ ਸੋਹਣਾ ਬਹੁਤ ਸੋਹਣਾ ਭਾਈ ਬਹੁਤ ਸੋਹਣਾ ਇਹ ਸਾਡੇ ਗੁੱਦੇ ਦੀ ਤਿੰਨ ਤਾਂ ਵੀ
ਗੁੱਡੀਆਂ ਦੇ ਡਿਜ਼ਾਈਨ ਹਜੇ ਭਾਈ ਸਟਾਰ ਗਾਈਡ ਦੀ ਗੁੱਡੀ ਮਿਲ ਜੇਗੀ ਅਵੇਲੇਬਲ ਭਾਈ ਸਟਾਰ ਗਾਈਡ ਮੇ ਕੋ ਬੁਕਿੰਗ ਦੇ ਉਹ ਖਤਮ ਹੋ ਗਿਆ ਸਟਾਰ ਗਾਈਡ ਭਾਈ ਕੋ ਬੁਕਿੰਗ ਤੇ ਗਾਈ ਵੇਖਿਆ ਆ ਸਾਰਾ ਆਊਟ ਆਫ ਸਟਾਕ ਹੈ ਗਾਈ ਸਾਰੇ ਕੋ ਇਸ ਟਾਈਮ ਤੁਹਾਨੂੰ ਭੋਲੇ ਸ਼ਾਹ ਦੀ ਗੁੱਡੀ ਮਿਲ ਜੇਗੀ ਭੋਲੇ ਸ਼ਾਹ ਦੀ ਗੁੱਡੀ ਡੱਬੀ ਵਾਲੀ ਬਹੁਤ ਵਧੀਆ ਕਿਆ ਬਾਤ ਹੈ ਇਹਨਾਂ ਕੋ ਡੱਬੀ ਵਾਲੀ ਗੁੱਡੀ ਵੀ ਪਈ ਹੋਈ ਹੈ ਉਹ ਵੀ ਮਿਲ ਜੇਗੀ ਉਹ ਗੁੱਡੀ ਤੇ ਤੁਹਾਨੂੰ ਮੇਰੇ ਕੋ 15 ਕਲਰ ਮਿਲ ਜਾਣਗੇ ਜਿਹੜੀ ਸਭ ਤੋਂ ਜ਼ਿਆਦਾ ਯੂਨੀਕ ਵੀ ਹੈ ਉਹ ਜੀ ਡੱਬੀ ਵਾਲੀ ਗੁੱਡੀ ਭਾਈ ਕੋ ਅਵੇਲੇਬਲ ਹੈਗੀ ਹੈ 15 ਕਲਰ ਦੇ ਵਿੱਚ ਕਿਆ ਬਾਤ ਹੈ ਇੱਥੇ ਤੁਹਾਨੂੰ ਮੈਂ 15 ਕਲਰ ਦਵਾਂਗਾ ਪਰ ਸ਼ਰਤ ਮੇਰੀ ਆ ਵਾ ਵੀ ਇੱਕ ਬੰਦਾ ਦੋ ਦਰਜਨ ਗੁੱਡੀ ਲੈ ਕੇ ਜਾਏਗਾ ਦੋ ਦਰਜਨ ਉਡਾਏਗਾ ਉਸ ਤੋਂ ਬਾਅਦ ਇਹਨੂੰ ਦੋ ਦਰਜਨ ਗੁੱਡੀ ਹੋ ਉਸ ਤੋਂ ਬਾਅਦ ਦੋ ਦਰਜਨ ਹੋਣ ਮਿਲੇਗੀ ਮੈਂ ਸਮਝ ਗਿਆ ਭਾਈ ਗੱਲ ਤੁਹਾਡੀ ਡੱਬੀ ਵਾਲੀ ਗੁੱਡੀ ਬਹੁਤ ਘੱਟ ਮਿਲਦੀ ਆ ਔਰ ਭਾਈ ਕੋ ਅਵੇਲੇਬਲ ਹੈਗੀ ਹੈ ਬਹੁਤ ਵਧੀਆ ਗੁੱਡੀ ਬਣੀ ਡੱਬੀ ਵਾਲੀ ਬਹੁਤ ਵਧੀਆ ਕਲਰ ਦੇਖੋ ਜੀ ਉਹ ਕਿਆ ਬਾਤ ਹੈ ਬਹੁਤ ਵਧੀਆ ਭਾਈ ਬਹੁਤ ਵਧੀਆ ਐ ਸੋਨ ਭਾਈ ਦੀ ਪਤੰਗ ਨੂੰ ਤੁਸੀਂ ਛਾਤੀ ਪਵਾ ਸਕਦੇ ਹੋ ਸੋਨ ਪੀਜਨ ਦੀ ਪਤੰਗ ਟੰਗੀ ਹੈ ਇਹ ਬਹੁਤ ਵਧੀਆ ਪਤੰਗ ਹੈ ਕਿਆ ਬਾਤ ਹੈ ਕਿਹਦੇ ਵਿੱਚ ਇਸ ਤੋਂ ਬਾਅਦ ਭਾਈ ਕੋ ਨਾ ਤੁਹਾਨੂੰ ਹਰ ਤਰ੍ਹਾਂ ਦੀ ਹਰਜਾਬ ਦੀ ਪੋਣੀ ਚਾਹੀਦੀ ਹੈ ਜੋ ਹਰਜਾਬ ਦੀ ਪੋਣੀ ਪਈ ਹੋਈ ਜੀ ਹਰਜਾਬ ਦੀ ਪੋਣੀ ਸਹੀ ਵੀ ਪਿਆ ਜੀ ਦਿਆਲ ਦੀ ਪੋਣੀ ਦਿਆਲ ਦੀ ਪੋਣੀ ਹਰਜਾਬ ਦੀ ਪੋਣੀ ਦਿਆਲ ਦੀ ਪੋਣੀ ਸਾਡੇ ਕੋਲ ਵਿੱਕੀ ਭਾਜੀ ਹੈਗੇ ਸੀ ਉਹ ਸਾਡੇ ਕੋਲ ਇਸ ਟਾਈਮ ਹੁਣ ਆਊਟ ਆਫ ਸਟਾਕ ਹੋ ਗਿਆ ਖਤਮ ਹੋ ਗਿਆ ਨਹੀਂ ਤੇ ਤੁਹਾਨੂੰ ਵਿੱਕੀ ਭਾਜੀ ਦੀ ਵੀ ਤੁਹਾਨੂੰ ਗੁੱਡੀ ਦੇਣੀ ਸੀ ਇੱਕ ਥੋੜਾ ਤੁਸੀਂ ਲੇਟ ਆਏ ਹੋ ਹੀਰੇ ਭਾਜੀ ਕੋ ਟਾਈਮ ਥੋੜਾ ਘੱਟ ਆ ਸਾਡੇ ਵਾਸਤੇ ਚੈੱਕ ਕਰ ਸਕਦੇ ਹੋ ਬਹੁਤ ਭਾਈ ਬਹੁਤ ਵਧੀਆ ਭਾਈ ਚਰਖੀਆਂ ਦੋ ਦਿਨ ਵਿਖਾਏ ਹੋਏ ਰਾਹ ਡੇ ਆ ਦੇਖੋ ਸ਼ਾਹੀ ਇੱਧਰ ਤੁਸੀਂ ਆ ਜਾਓ ਇਹ ਦੇਖੋ ਅੱਗੇ ਆ ਜਾਓ ਸ਼ਾਹੀ ਆਪਣੇ ਛਾਤੀ ਮਾਰ ਸਕਦੇ ਹੋ ਕੀ ਬਾਤ ਹੈ ਭਾਈ ਕੋ ਹਰ ਤਰ੍ਹਾਂ ਦੀ ਡੋਰ ਵੀ ਪਈ ਹੋਈ ਹੈ ਪੈਨਾ ਗੋਲਡ 9 ਤਾਰ 12 ਤਾਰ 6 ਤਾਰ 24 ਕੈਰਟ ਤੇਜਸ ਪਲੈਟੀਨਮ ਜਿਹੜੀ ਵੀ ਡੋਰ ਤੁਹਾਨੂੰ ਚਾਹੀਦੀ ਹੋਵੇ ਮਕਸੂਦ ਦੀ ਲੱਗੀ ਹੋਈ ਹੀ ਮਿਲੇਗੀ ਇਹ ਲਓ ਜੀ ਚਰਖੀ 9 ਤਾਰ ਦੀ ਤੇਜਸ ਦੀ ਤ੍ਰਿਸਮੀ ਧਾਗਾ ਬਹੁਤ ਵਧੀਆ ਡੋਰ ਹੈ ਵਰਧਮਾਨ ਦੀ ਲੱਗੀ ਹੋਈ ਡੋਰ ਹੈ ਇਹ ਪੈਂਡਾ ਗੋਲਡ 9 ਤਾਰ ਹੈ ਜੀ ਇਹਦੇ ਵਿੱਚ ਤੇਜਸ ਵੀ ਤੁਹਾਨੂੰ ਮਿਲ ਜਾਏਗਾ ਹਰ ਤਰ੍ਹਾਂ ਦੀ ਡੋਰ ਹਰ ਤਰ੍ਹਾਂ ਦੀ ਮਿਲੇਗੀ ਤੁਹਾਨੂੰ ਪੁਰਾਣੀ ਲੱਗੀ ਹੋਈ ਜਿਹੜੀ ਅੱਜ ਤੋਂ ਪਹਿਲਾਂ ਇਹਦਾ ਰਿਪੀਟ ਦੂਜੀ ਵਾਰੀ ਤੀਜੀ ਵਾਰੀ ਰਿਪੀਟ ਆਰਡਰ ਆ ਗਿਆ ਹੁਸੈਨ ਅਲੀ ਬਹੁਤ ਵਧੀਆ ਭਾਈ ਇੱਕ ਨੰਬਰ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਆਪਾਂ ਖਾਲੀ ਚਰਖੀਆਂ ਵਿਖਾਵਾਂਗੇ ਆ ਜਾਓ ਭਾਜੀ ਜਿਹੜੀ ਲੋਕੀ ਬਹੁਤ ਮੰਗ ਕਰਦੇ ਖਾਲੀ ਚਰਖੀਆਂ ਉਹ ਡਿਜ਼ਾਈਨ ਬਹੁਤ ਸੋਹਣਾ ਥੱਲੇ ਪੇਪਰ ਬਹੁਤ ਸੋਹਣਾ ਭਾਈ ਜਰਮਨੀ ਪੇਪਰ ਇਧਰਲੇ ਪਾਸੇ ਉਹ ਹਾਂ ਚ ਇਹ ਚੀਜ਼ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਭਾਈ ਬਤਾਂਗਾ ਪਾਕਿਸਤਾਨੀ ਬਹੁਤ ਸੋਹਣੇ ਡਿਜ਼ਾਈਨਿੰਗ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਆ ਜਾਓ ਭਾਜੀ ਚਰਖੀ ਨੀ ਬਈ ਸਟੋਕ ਚੈੱਕ ਕਰੋ ਕਿੰਨਾ ਸਟੋਕ ਪਿਆ ਭਾਈ ਕੋ ਵੇਖੋ ਜਿੱਦਾਂ ਦਾ ਮਰਜ਼ੀ ਕੋਈ ਵੀਰ ਭਰਾ ਕਲਰ ਜਿਹੜਾ ਕਿਸੇ ਨੂੰ ਕਲਰ ਚਾਹੀਦਾ ਹੋਵੇ ਉਹ ਕਲਰ ਆ ਕੇ ਲੈ ਸਕਦਾ ਹਾਂਜੀ ਹਾਂਜੀ ਛੋਟੀ ਚਰਖੜੀ ਤੋਂ ਲੈ ਕੇ ਵੱਡੀ ਚਰਖੜੀ ਤੱਕ ਛੋਟੀ ਤੋਂ ਵੱਡੀਆਂ ਚਰਖੀਆਂ ਸਾਰੀਆਂ ਪਈਆਂ ਭਾਈ ਕੋ ਹਰ ਤਰ੍ਹਾਂ ਦੀਆਂ ਚਰਖੀਆਂ ਪਈਆਂ ਹਰ ਤਰ੍ਹਾਂ ਦੀਆਂ ਤੁਸੀਂ ਇਹਦੇ 6 ਤਾਵੇ ਨੂੰ ਵੀ ਚਾਹਤੀ ਮਾਰ ਸਕਦੇ 6 ਤਾਵਾ ਬਹੁਤ ਵਧੀਆ ਡਿਜ਼ਾਈਨ ਸਾਰੇ 6 ਦਾ ਮਿੰਟ ਤੇ ਆਉਂਦੇ ਮਿੰਟ ਦੇ ਲੋਕੀ ਪੈਂ ਪੈਂ ਗੁੱਡੇ ਇਕੱਠੇ ਲੈ ਕੇ ਜਾ ਰਹੇ 6 ਤਾਵਾ ਸਹੀ ਭਾਈ ਔਰ ਬਹੁਤ ਸੋਹਣੇ ਗੁੱਡੇ ਬਣੇ ਹੋਏ 6 ਤਾਵਾ ਸਾਈਜ਼ ਦੀਪੂ ਭਾਈ ਕਾਰਡ ਸਟੋਰ ਇਹ ਤੁਹਾਨੂੰ ਸ਼ੋਪ ਮਿਲੇਗੀ ਅਜੀਤ ਨਗਰ ਦੇ ਵਿੱਚ ਭਾਈ ਪਾਕਿਸਤਾਨੀ ਚਰਖੀ ਵਾਇਆ ਕਰਾਂਚੀ ਤੋਂ ਬਣ ਕੇ ਆਉਂਦੀ ਹੈ ਦੁਬਈ ਦੁਬਈ ਤੋਂ ਜਾਂਦੀ ਹੈ ਲੰਡਨ ਲੰਡਨ ਤੋਂ ਅੰਮ੍ਰਿਤਸਰ ਆ ਰਹੀ ਹੈ ਉਹ ਵੀ ਤੁਹਾਨੂੰ ਅਵੇਲੇਬਲ ਮਿਲ ਜਾਏਗੀ ਪਾਰਟੀਆਂ ਵੱਜ ਚੁੱਕੀਆਂ ਹੋਈਆਂ ਖਾਲੀ ਹੋ ਗਈਆਂ ਹੋਈਆਂ ਵਾ ਬਾਕੀ ਮਾਲ ਸਾਡਾ ਸ਼ਿਪਿੰਗ 'ਚ ਹੈਗਾ ਆ ਜਾਏਗਾ ਮਾਲ ਉਹ ਵੀ ਤੁਹਾਨੂੰ ਮਿਲ ਜਾਏਗਾ ਬਹੁਤ ਸੋਹਣੀ ਕਿਸੇ ਵੀਰ ਨੂੰ ਉਡਾਣ ਲੈਣ ਚਾਹੀਦੀ ਹੋਵੇ ਤੇ ਬਾਜ਼ਾਰ ਦੇ ਰੇਟ ਨਾਲ ਸਾਨੂੰ ਕੋ ਤੁਹਾਨੂੰ ਸਸਤੀ ਚੀਜ਼ ਮਿਲੇਗੀ ਸਸਤੀ ਬਾਜ਼ਾਰ ਦੇ ਰੇਟ ਨਾਲ ਹਰ ਚੀਜ਼ ਸਸਤੀ ਮਿਲੇਗੀ ਜੀ ਭਾਈ ਕੋ ਤੁਹਾਨੂੰ ਬਾਜ਼ਾਰ ਦੇ ਰੇਟ ਨਾਲ ਹਰ ਚੀਜ਼ ਸਸਤੀ ਮਿਲੇਗੀ ਔਰ ਸਟੋਕ ਭਾਈ ਕੋ ਬਹੁਤ ਜ਼ਿਆਦਾ ਅਵੇਲੇਬਲ ਹੈ ਕੁੱਪੋ ਦਿਖਾਓ ਕੁੱਪ ਬਣੇ ਆ ਬਹੁਤ ਵਧੀਆ ਕੁੱਪ ਭਾਈ ਬਹੁਤ ਵਧੀਆ ਬਣਿਆ ਅਜੇ ਭਾਈ ਦੀ ਸ਼ੋਪ ਦੇ ਉੱਪਰ ਮਾਲ ਲੱਗਣਾ ਸਾਰਾ ਜਦੋਂ ਵੀ ਲੱਗੇਗਾ ਫਿਰ ਵਲੌਗ ਬਣਾ ਦਾਂਗੇ ਤੁਹਾਨੂੰ ਇੱਥੇ ਤਾਜ ਬ੍ਰਾਂਡ ਦਾ ਜਿਹੜਾ ਵਾ ਲੋ ਜੀ ਤਾਜ ਦੀ ਗੁੱਡੀ ਵੀ ਅਵੇਲੇਬਲ ਹੈਗੀ ਹੈ ਭਾਈ ਕੋ ਤਾਜ ਦਾ ਬ੍ਰਾਂਡ ਮਝੋਲਾ ਸਾਈਜ਼ ਅਵੇਲੇਬਲ ਮਿਲੇਗਾ ਜੀ ਇੱਥੇ ਤੁਹਾਨੂੰ ਸਾਰੇ ਡਿਜ਼ਾਈਨ ਕਲਰ ਮਿਲ ਜਾਣਗੇ ਕਿਸੇ ਨੂੰ ਪਰੀਅਲ ਕਿਸੇ ਨੂੰ ਕਾਲੀ ਕਿਸੇ ਨੂੰ ਚਿੱਟੀ ਜੋ ਵੀ ਚਾਹੀਦੀ ਹੋਏਗੀ ਹਰੇਕ ਗੁੱਡੀ ਮੇਕੋ ਅਵੇਲੇਬਲ ਆ ਕੀ ਬਾਤ ਹੈ ਭਾਈ ਪੈਕਟ ਬੰਦ ਪਏ ਹੈ ਕਈ
ਇਹਦੇ ਵਿੱਚ ਅਨਬਾਕਸਿੰਗ ਕਰਨ ਵਾਲੇ ਹੈਗੇ ਆ ਉਹ ਵੀ ਮਿਲ ਜਾਣਗੇ। ਹੋਰ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੇ ਕਿਸੇ ਨੂੰ ਪੌਣੀ ਚਾਹੀਦੀ ਹੋਵੇ ਘੱਟ ਰੇਟ ਚ ਪੌਣੀ ਤੁਹਾਨੂੰ ਮਿਲੇਗੀ ਸਾਡੀ ਦੁਕਾਨ ਤੇ 120 ਰੁਪਏ ਦਰਜਨ 120 ਰੁਪਏ ਦਰਜਨ ਲੋਵੈਸਟ ਪ੍ਰਾਈਸ ਭਾਈ ਪੌਣੀ ਦਾ 120 ਰੁਪਏ ਦਰਜਨ ਪੂਰੇ ਅੰਮ੍ਰਿਤਸਰ ਚ 120 ਰੁਪਏ ਤੁਹਾਨੂੰ ਮਿਲੇਗਾ ਭਾਈ ਕੋ ਮਿਲ ਜਾਏਗਾ ਤੁਹਾਨੂੰ 120 ਰੁਪਏ ਦਰਜਨ ਇਹਦੇ ਵਿੱਚ ਹੋਰ ਵੀ ਵੈਰਾਈਟੀ ਹੈਗੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਥੋੜੀ ਵਧੀਆ ਚਾਹੀਦੀ ਛਿੱਲੀ ਕਮਾਨ ਦੀ ਚਾਹੀਦੀ ਹੈ ਉਹ ਵੀ ਗੁੱਡੀ ਅਵੇਲੇਬਲ ਹੈਗੀ ਹੈ ਸਿਰਫ 10 ਰੁਪਏ ਪੀਸ ਇਹ ਤੁਹਾਨੂੰ ਥੋੜਾ ਜਿਹਾ ਹਾਈ ਹੋਣਾ ਪਏਗਾ ਇਹ ਮਾਰਕੀਟ ਦੇ ਵਿੱਚ 240 ਵਿਕ ਰਹੀ ਹੈ ਆਪਾਂ ਤੁਹਾਨੂੰ 180 ਦਵਾਂਗੇ 180 ਓਨਲੀ ਪ੍ਰਿੰਸ ਕਾਈਟ 180 ਪ੍ਰਿੰਸ ਕਾਈਟ ਮੇਕਰ ਬਹੁਤ ਵਧੀਆ ਗੁੱਡੀ ਬਣੀ ਹੈ ਤੁਹਾਨੂੰ ਵਿੱਕੀ ਭਾਈ ਦੀ ਮੇਰੇ ਕੋ ਗੁੱਡੀ ਖਤਮ ਹੋ ਗਈ ਹੈ ਵਿੱਕੀ ਭਾਈ ਦੀ ਗੁੱਡੀ ਨੰਬਰ 1 ਦੀ ਗੁੱਡੀ ਹੈ ਤੁਹਾਨੂੰ ਕੋਠੇ ਦਿਖਾਉਂਗਾ ਵਿੱਕੀ ਭਾਈ ਨਾਲ ਸਟਾਰਗੇਟ ਕਿਆ ਕਰੋ ਇੱਕ ਸਟਾਰਕਾਈਟ ਮੇਕਰ ਦੀ ਵੀ ਖਤਮ ਹੋ ਗਈ ਇੱਕ ਮੇਰੇ ਕੋ ਆਪਣਾ ਕਾਰੀਗਰ ਹੈ ਵਿੱਕੀ ਭਾਈ ਅੱਛਾ ਉਹਨਾਂ ਕੋ ਗੁੱਡੀ ਮਿਲੇਗੀ ਜਾਂ ਸੈਕਿੰਡ ਨੰਬਰ ਮੇਰੇ ਕੋ ਗੁੱਡੀ ਮਿਲੇਗੀ ਉਹਨਾਂ ਦੀ ਗੁੱਡੀ ਮੇਰੇ ਕੋ ਨੰਬਰ 1 ਤੇ ਗੁੱਡੀ ਸਭ ਤੋਂ ਪਹਿਲਾਂ ਮੈਂ ਫ੍ਰੀ ਉਹਨਾਂ ਦੀ ਹੋਇਆ ਗੁੱਡੀ ਭਾਈ ਵੀ ਬਹੁਤ ਸੋਹਣੀ ਹੈਗੀ ਯਾਰ ਲੋ ਤੁਹਾਨੂੰ ਮੈਂ ਵਿੱਕੀ ਭਾਈ ਦੀ ਵੀ ਗੁੱਡੀ ਦਿਖਾਵਾਂਗਾ ਇਹਨੇ ਵੀ ਦਿਖਾਵਾਂ 19 ਦਾ ਫਰਕ ਆ ਕਿਸੇ ਨੂੰ ਆ ਨੰਬਰ 1 ਆ ਕਿਸੇ ਨੂੰ ਵਿੱਕੀ ਭਾਈ ਨੰਬਰ ਪਰ ਮੇਰੀ ਦੁਕਾਨ ਤੇ ਵਿੱਕੀ ਭਾਈ ਦੀ ਗੁੱਡੀ ਵਿਕ ਗਈ ਹੈ ਉਹ ਗੁੱਡੀ ਨੰਬਰ 1 ਵਿਕੀ ਹੈਗੀ ਆ ਇਹ ਵੀ ਗੁੱਡੀ ਬਹੁਤ ਸੋਹਣੀ ਬਣੀ ਹੈ ਸਾਫ ਸੋਹਣੀ ਬਣੀ ਆ ਵੀ ਬਹੁਤ ਸੋਹਣੀ ਬਣੀ ਤੁਹਾਨੂੰ ਆਪਾਂ ਆਪਣੇ ਇੱਕ ਰਿਆ ਰਿਪੀਟ ਖਾਲੀ ਚਰਖੀਆਂ ਦੇਖ ਲਓ ਬਹੁਤ ਵਧੀਆ ਚਰਖੀਆਂ ਹੈਗੀਆਂ ਜਿਹੜੇ ਕਿਸੇ ਵੀਰ ਨੂੰ ਪਲਟੀਆਂ ਮਾਨਸ ਸਾਈਜ਼ਾਂ ਭਾਈ ਕੋਲ ਲੈ ਸਕਦੇ ਆ ਕੇ ਹਾਂਜੀ ਪਤੰਗ ਦਾ ਬੈਗ ਚਾਹੀਦਾ ਹੋਵੇ ਪਤੰਗਾਂ ਦੇ ਖਾਲੀ ਬੈਗ ਵੀ ਭਾਈ ਕੋ ਮਿਲ ਜਾਣਗੇ ਤੁਹਾਨੂੰ ਹਾਂਜੀ ਹਾਂਜੀ ਖਾਲੀ ਬੈਗ ਪਤੰਗਾਂ ਦੇ ਭਾਈ ਕੋ ਤੁਹਾਨੂੰ ਅਵੇਲੇਬਲ ਮਿਲਣਗੇ ਆਓ ਤੁਹਾਨੂੰ ਆਪਾਂ ਆਪਣੇ ਉੱਤੇ ਸਟੋਕ ਤੇ ਲੈ ਕੇ ਜਾਈਏ ਆਓ ਦਿਖਾਈਏ ਖਾਲੀ ਚਰਖੀਆਂ ਦੇਖੋ ਭਾਈ ਕੋ ਪਈਆਂ ਬਹੁਤ ਸੋਹਣੀਆਂ ਚਰਖੀਆਂ ਕਿਸੇ ਵੀਰ ਭਰਾ ਨੇ ਲੈਣੀਆਂ ਹਨ ਡੋਰ ਲਪੇਟਣ ਲਈ ਤੇ ਆ ਸਕਦੇ ਵੀਰ ਭਰਾ ਜੀ ਬਹੁਤ ਹੀ ਸੋਹਣੀਆਂ ਚਰਖੀਆਂ ਵਾ ਚੈੱਕ ਕਰੋ ਜੀ ਛੇ ਤਾਵੇ ਸਾਈਜ਼ ਭਾਈ ਕੋ ਹਰ ਤਰ੍ਹਾਂ ਦੀ ਡੋਰ ਹੈਗੀ 12 ਤਾਰ 16 ਤਾਰ ਜਿਹੜੀ ਮਰਜ਼ੀ ਲੈ ਲਓ ਜੀ ਛੇ ਤਾਵੇ ਗੁੱਡੇ ਦੇਖੋ ਪਏ ਬਹੁਤ ਸੋਹਣੇ ਚਰਖੀਆਂ ਬਹੁਤ ਸੋਹਣੀਆਂ ਪਈਆਂ ਹੋਈਆਂ ਸਾਰੀਆਂ ਚਰਖੀਆਂ ਹਰ ਤਰ੍ਹਾਂ ਦੇ ਸਿਆਏ ਵੱਡੇ ਛੋਟੇ ਮਿਲ ਜਾਣਗੇ ਭਾਈ ਕੋ ਤੁਹਾਨੂੰ ਲੋ ਜੀ ਆ ਸਟੋਕ ਚੈੱਕ ਕਰੋ ਭਾਈ ਦਾ ਉੱਪਰਲਾ ਭਾਈ ਸਾਰਾ ਬਾਕਸਿੰਗ ਹੈਗਾ ਆਏ ਅਨਬਾਕਸਿੰਗ ਹੋਈ ਓਪਨ ਕਰਨਾ ਸਾਰਾ ਸ਼ੋਕ ਜਦੋਂ ਵੀ ਦੁਕਾਨ ਤੇ ਮਾਲ ਲੱਗੇਗਾ ਮੈਂ ਤੁਹਾਨੂੰ ਦੁਬਾਰਾ ਵਿਖਾਵਾਂਗਾ ਐ ਵਿੱਕੀ ਭਾਈ ਦੀ ਛੋਟੀ ਪੌਣੀ ਲੋ ਜੀ ਵਿੱਕੀ ਭਾਈ ਦੀ ਪੌਣੀ ਬਹੁਤ ਵਧੀਆ ਬਣੀ ਹੈ ਚੈੱਕ ਕਰਿਓ ਵਿੱਕੀ ਭਾਈ ਦੀ ਮੋਹਰ ਕਿਆ ਬਾਤ ਐ ਛੋਟੀ ਪੌਣੀ ਹੈ ਬਹੁਤ ਵਧੀਆ ਭਾਈ ਇਹਦਾ ਰੇਟ ਹੈਗਾ ਸੀ 100 ਰੁਪਏ ਦਰਜਨ 100 ਰੁਪਏ ਦਰਜਨ ਸਿਰਫ 100 ਰੁਪਏ ਦਰਜਨ ਜੀ ਛੋਟੀ ਪੌਣੀ ਸਿਰਫ 100 ਰੁਪਏ ਦਰਜਨ ਉਹ ਚੀਜ਼ ਬਹੁਤ ਸੋਹਣੀ ਬਣੀ ਹੈ ਯੂਨੀਕ ਐ ਸਟੋਕ ਚੈੱਕ ਕਰ ਲਓ ਤੁਸੀਂ ਭਾਈ ਦਾ ਭੋਲਾ ਸ਼ਾਹ ਵਾ ਸਾਰਾ ਵਿੱਕੀ ਭਾਈ ਦੀ ਮੈਂ ਗੁੱਡੀ ਕੱਢ ਰਿਹਾ ਵਿੱਚੋਂ ਇਹ ਜੇ ਵਿੱਕੀ ਭਾਈ ਦੀ ਗੁੱਡੀ ਚੈੱਕ ਕਰੋ ਪਾਉਣੀ ਓਹ ਕਿਆ ਬਾਤ ਹੈ ਫਰੰਟ ਵਿਖਾਓ ਭਾਈ ਮਿਲਾਇਆ ਫਰੰਟ ਦੇਖੋ ਸਾਰੀ ਗੁੱਡੀ ਦਾ ਬੈਕ ਬੈਕ ਵਿਖਾਓ ਓਹ ਜੀ ਇੱਥੋਂ ਪਤਾ ਲੱਗਦਾ ਗੁੱਡੀ ਕਿੱਡੀ ਸਫਾਈ ਦੇਖੋ ਕਿਉਂਕਿ ਨਾ ਬਹੁਤ ਵਧੀਆ ਮਿਲਦਾ ਹੋਏਗਾ ਵਧੀਆ ਹੈ ਗੁੱਡੀ ਭਾਈ ਇਹ ਨੰਬਰ 1 ਤੇ ਸਾਡੇ ਕੋਲ ਗੁੱਡੀ ਜਿਹੜੀ ਹੈ ਪਹਿਲਾਂ ਖਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋਲ ਹਰ ਡਿਜ਼ਾਈਨ ਮਿਲ ਜਾਏਗਾ ਵਾਈਟ ਇਹ ਭਾਈ ਦਾ ਐਡਰੈਸ ਹੈਗਾ ਇਹ ਥੱਲੇ ਫੋਨ ਨੰਬਰ ਵੀ ਲਿਖਿਆ ਹੋਇਆ ਵਾ ਤੁਸੀਂ ਵੇਖ ਸਕਦੇ ਜੇ ਅਜੀਤ ਨਗਰ ਦੀਪੂ ਭਾਈ ਕਾਈਟ ਮੇਕਰ ਮੋਬਾਈਲ ਨੰਬਰ ਥੱਲੇ ਪਿਆ ਹੈ ਭਾਈ ਦਾ ਇਹ ਦੇਖੋ ਭਾਈ ਬਹੁਤ ਵਧੀਆ ਗੁੱਡੀ ਉੱਤੇ ਵਿੱਕੀ ਭਾਈ ਦੀ ਗੁੱਡੀ ਹੈ ਉਹ ਡਿਜ਼ਾਈਨ ਕਿੱਡਾ ਸੋਹਣਾ ਭਾਈ ਉਹ ਕਿਆ ਬਾਤ ਹੈ ਇੱਕ ਨੰਬਰ ਮੇਰਾ ਵੀ ਇੱਥੇ ਇਹ ਭਾਈ ਇਹ ਪ੍ਰਾਈਸ ਇਹਦਾ ਕੀ ਹੋਏਗਾ ਇਹ ਪ੍ਰਾਈਸ ਕੀ ਹੋਏਗਾ ਪਹਿਲੋ ਪ੍ਰਾਈਸ ਹੈਗਾ ਸੀ ਇਹਦਾ 165 ਹਾਂਜੀ ਤੇ ਹੁੰਦਾ ਰੇਟ ਜੇ ਮੇਰੇ ਕੋ ਮਾਲ ਹੋ ਗਿਆ 240 ਜੀ ਵੀ ਵਿਕੇ ਪਰ ਮੇਰੇ ਕੋ ਮਾਲ ਨਹੀਂ ਗਾ ਮਾਲ ਨਹੀਂ ਗਾ ਭਾਈ ਕੋ 240 ਰੁਪਏ ਜੀ ਵਿਕ ਰਿਹਾ ਪਰ ਮਾਲ ਨਹੀਂ ਗਾ ਮੇਰੀ ਮੋਹਰ ਨੂੰ ਤੁਸੀਂ ਥੋੜਾ ਜਿਹਾ ਵਿਖਾਤਾ ਪਹਿਲੇ ਵਿਖਾਤਾ ਭਾਈ ਨੂੰ ਲੋਕਾਂ ਨੂੰ ਵਿਖਾਤਾ ਮਾਲ ਸਾਡਾ ਵਿਦੇਸ਼ਾਂ ਚ ਵੀ ਜਾ ਚੁੱਕਾ ਵਾ ਬਾਹਰ ਵੀ ਜਾ ਚੁੱਕਾ ਹਾਂਜੀ ਉਹਦਾ ਵੀ ਤੁਹਾਨੂੰ ਮੈਂ ਇੱਕ ਕਲਿੱਪ ਦੇ ਦਾਂਗਾ ਵੀ ਤੁਸੀਂ ਉਹ ਵੀ ਆਪਣੇ ਦਿਖਾ ਸਕਦੇ ਹੋ ਜੀ ਜੇ ਕਿਸੇ ਨੂੰ ਬਾਹਰ ਬੈਠੇ ਵੀਰਾਂ ਨੂੰ ਚਾਹੀਦਾ ਹੋਵੇਗਾ ਆਪਾਂ ਉਹ ਵੀ ਸ਼ਿਪਿੰਗ ਕਰ ਦਾਂਗੇ ਬਾਹਰ ਬੈਠੇ ਵੀਰਾਂ ਨੂੰ ਕਿਸੇ ਗੁੱਡੀ ਚਾਹੀਦੀ ਹੋਵੇ ਵੀ ਸ਼ਿਪਿੰਗ ਹੋ ਜਾਏਗੀ ਜੀ ਜਿਹੜਾ ਵੀ ਸਾਈਜ਼ ਚਾਹੀਦਾ ਹੋਵੇ ਜਿਹੜੀ ਵੀ ਡੋਰ ਚਾਹੀਦੀ ਹੋਵੇ ਇਹ ਤੁਹਾਨੂੰ ਖਰਬੂਜਾ ਪਰੀ ਮੇਰੇ ਤੋਂ ਇਲਾਵਾ ਹੋਰ ਕਿਸੇ ਕੋ ਨਹੀਂ ਮਿਲੇਗੀ ਦਿਆਲ ਉਹ ਦਿਆਲ ਦੀ ਪਰੀ ਚੈੱਕ ਕਰੋ ਬਹੁਤ ਵਧੀਆ ਜੀ ਪਰੀ ਖਰਬੂਜਾ ਪਰੀ ਬਹੁਤ ਵਧੀਆ ਭਾਈ ਰੇਟ 180 ਰੁਪਏ ਦਰਜਨ 180 ਰੁਪਏ ਸਿਰਫ 180 ਰੁਪਏ ਦਰਜਨ ਨਾਰਮਲ ਪ੍ਰਾਈਸ ਮਾਰਕੀਟ ਦੇ ਵਿੱਚ ਤੁਹਾਨੂੰ ਇਹਦੇ ਨਾਲ ਤਾਂ ਮਿਲੇਗਾ ਪਰੀ ਹਰਜਾਬ ਦਾ ਜਾਂ ਦਿਆਲ ਦਾ ਸਾਡੇ ਕੋਲ ਤੁਹਾਨੂੰ ਇਹ ਵੀ ਅਵੇਲੇਬਲ ਹੋ ਜਾਏਗਾ ਬਹੁਤ ਵਧੀਆ ਭਾਈ ਬਹੁਤ ਵਧੀਆ ਰੇਟ ਵੀ ਬਿਲਕੁਲ ਦੱਸਿਆ ਹਾਂਜੀ ਹਾਂਜੀ ਇਹਦੇ ਵਿੱਚ ਜੋੜ ਜਾਦੇ ਨੇ ਤੁਹਾਨੂੰ ਆ ਸਨੀ ਵੀਰ ਦੀ ਪਤੰਗ ਚਾਹੀਦੀ ਹੋਵੇ ਸਨੀ ਡੈਮਗੰਜ ਸਨੀ ਡੈਮਗੰਜ ਪਤੰਗ ਭਾਈ ਪ੍ਰਾਈਸ ਪ੍ਰਾਈਸ ਭਾਜੀ ਮੇਰੀ ਦੁਕਾਨ ਤੇ ਇਸ ਟਾਈਮ 70 ਰੁਪਏ 70 ਰੁਪਏ ਓਨਲੀ 70 ਰੁਪਏ ਫੁੱਲ ਵਾਂਸੀ ਸਨੀ ਡੈਮਗੰਜ ਸਿਰਫ 70 ਰੁਪਏ ਪਤੰਗ ਜੀ ਬਹੁਤ ਵਧੀਆ ਪਤੰਗ ਆ ਸਨੀ ਇਸ ਟਾਈਮ ਸਨੀ ਦੀ ਪਤੰਗ ਹੀ ਉੱਡ ਰਹੀ ਭਾਈ ਸਾਰੇ ਆਲ ਓਵਰ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਭਾਜੀ ਇਹਦੇ ਤੁਹਾਨੂੰ ਅੱਗੇ ਥੱਲੇ ਵੀ ਮੈਂ ਦਿਖਾਈਆਂ ਡੱਬੀਦਾਰ ਗੁੱਡੀ ਜਿਹੜੀ ਪਈ ਹੋਈ ਹੈ ਜਿਹੜੀ ਸਿਰ ਮੈਂ 2 ਦਰਜਨ ਤੋਂ ਵੱਧ ਨਹੀਂ ਦਿੰਦਾ ਉਹਦੇ ਵਿੱਚ ਤੁਹਾਨੂੰ ਕਲਰ ਸਾਰੇ ਮਿਲ ਜਾਣਗੇ ਕਲਰ ਸਾਰੇ ਓਕੇ ਆਹ ਕਲਰ ਕਿਹੜਾ ਸੋਹਣਾ ਪਿੰਕ ਵਾਲਾ ਪਿੰਕ ਮਿਲ ਜੇਗਾ ਗ੍ਰੀਨ ਮਿਲ ਜੇਗਾ ਬਲੈਕ ਬਲੂ ਸਾਰਾ ਕੁਝ ਮਿਲ ਜੇਗਾ ਸਭ ਤੋਂ ਵਧੀਆ ਪਿੰਕ ਲੱਗਾ ਇਹ ਭਾਜੀ ਚੈੱਕ ਕਰਿਓ ਬੜੀ ਫੈਂਸੀ ਗੁੱਡੀ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਬਾਤ ਹੈ ਤੁਹਾਨੂੰ ਇੱਥੇ ਗੁੱਡੀਆਂ ਦੇ ਵਿੱਚ ਵੈਰਾਈਟੀਆਂ A ਤੋਂ ਲੈ ਕੇ Z ਤੱਕ ਸਾਰੀ ਵੈਰਾਈਟੀ ਮਿਲ ਜੇਗੀ ਸਾਰੀ ਵੈਰਾਈਟੀ ਹੈਗੀ ਭਾਈ A ਤੋਂ Z ਤੱਕ
है डेढ़ का भी तुम सजावटी जाएगा होर भी मिल जाएगा बहुत सोहना डिजाइन है भाई को अवेलेबल पाया हर चीज दुकान से लगेगी हर चीज दिखावांगा सारा कुछ मिल जाएगा हर चीज दिखावांगा जो शॉप से लाओगे भाई माल सारा अनबॉक्सिंग होने वाला हाँ जी हाँ जी भाई है तावे तावे के पीछे डिजाइन बहुत सोहना भाई ये डिजाइन बाकी ये अपना सिर्फ बंद किया पे माल है देखो यह साडा माल एक होर कारीगर है प्रिंस यह तुम मैं पहले भी दिखा बैठा वा बहुत वधिया भाई ये भी हर चीज मैं शॉप से फिर दिखावांगा भाई जो शॉप से ला देंगे पलक दी पतंग चाहिए हो पलक सब तो पुरानी पलक दी पतंग पाकिस्तानी पतंग वो भी भाई को पईया मिल जानगी सब तो पुरानी पतंग पलक दी पुरानी 36 चाहिए होगी 31 24 भाई को सारी अवेलेबल है पलक दी है कुदा साडा जिहड़ा घटो घट 7-8 साल पुराना लो जी कुदा पुराना 7-8 साल भाई को भी तुम मिल जाएगा हर चीज मिलेगी जी जो जनवरी माल सारा लगा दे हर चीज दिखावांगा चैनल जुड़े रहा करो वीर जी ठीक है भाई हां जी हां जी हां जी भाजी दिखा सकते हैं चाहते होंगे स्टार भाई दे लगता है हाँ जी हाँ जी स्टार दे स्टार गाइड मेकर बहुत वधिया चीज बनी है यह खुद अपने उड़ान वास्ते रखे हुए है बाकी सारा आउट ऑफ स्टॉक हो गया आउट ऑफ स्टॉक है जिस वीर पहले चाहिए हो गुड्डी सब तो पहले बिक्री है सब तो पहले बिक्री इस टाइम स्टार भाई की गुड्डी 5 स्टार च हैगी स्टार बिल्कुल ओके रिपोर्ट कर रहा हाँ जी हाँ जी चलो नेक्स्ट व्लॉग तो भाई फिर मिलांगे वड्डियां पतंगा भाई को पईयां हैं सारियां सवा चार दे विच पांच पैं किठी हैं ए पांच किठी भाई हां जी भाजी ए रहमत कारीगर रहमत दी पांच किठी हां जी चेक कर सकदे हो क्या बात है जेडी पाकिस्तानी डोर जेडी आ रही ओदे उत्ते कम से कम एडी पतंग बनी जा भाई प्राइस की है यारा भाई 150 ओनली 150 रुपीस वड्डी पतंग इस च तानू हर कलर मिल जाएगा प्लेन हर कलर मिलेगा जी 150 रुपए दे विच भाई को तानू फुल वंसी पतंग है जी 150 रुपए फुल वंसी और टॉप दे कारीगर दी पतंग बनी हुई है रहमत दी क्या बात है एक तो एक डिजाइन है और पतंग भी बहुत सोहनी बनी है क्या बात है भाई बहुत वधिया भाई बहुत वधिया एक तो एक पतंग है बाकी अपने को समा घट है कस्टमर चल रहा वा ना नाल आ रहा वा कस्टमर ते असी तारे को थोड़ा समा लवांगे नेक्स्ट व्लॉग तो फिर मिलांगे शॉप ते भाई दा व्लॉग पावांगे एक सत श्री अकाल भाई सारे नु वीडियो नु लाइक शुरू कमेंट शेयर जरूर करया करो ताकि और वीर भरा वेख सकन भाई दा फोन नंबर मैं थले पावांगा जे किसी वीर नु किसी चीज की लोड़ है और भाई को आके फोन करके ले सकदा सत श्री अकाल भाई सारे नु